ਅਸਲਾਮ ਅਲੈਕਮ ਵੀ ਵੈਲਕਮ ਟੂ ਨਮਾਨ ਖਾਨ ਪਿਜਨਸ। ਸਭ ਤੋਂ ਪਹਿਲਾਂ ਜਿਹਨਾਂ ਭਾਈਆਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਸ਼ੇਅਰ ਕਰੋ। ਮਾਸ਼ਾਅੱਲਾ ਰਾਤ ਨੂੰ ਭਾਈ ਭਾਈਆਂ ਨਾਲ ਐਪ ਸ਼ੇਅਰ ਕੀਤੀ ਸੀ, ਫਰੀ ਬਿਲਕੁਲ ਹੈ ਭਾਈ। ਜਿਹੜਾ ਭਾਈ ਜੁਆਇਨ ਹੋਣਾ ਚਾਹੇ ਮੇਰੇ ਨੰਬਰ 'ਤੇ ਰਾਬਤਾ ਕਰਕੇ 03414781634 ਰਾਬਤਾ ਕਰਕੇ ਐਡ ਵੀ ਹੋ ਸਕਦਾ। ਮੈਂ ਆਪਣੇ ਗਰੁੱਪ ਦਾ ਲਿੰਕ ਵੀ ਸ਼ੇਅਰ ਕਰ ਦਾਂਗਾ ਨੀਚੇ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ, ਅਤੇ ਉਸ ਗਰੁੱਪ ਨੂੰ ਜੁਆਇਨ ਕਰਕੇ ਭਾਈ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ ਫਰੀ ਅਤੇ ਇਨਵੈਸਟਮੈਂਟ ਵਾਲੇ ਬਹੁਤ ਪ੍ਰੋਜੈਕਟਸ ਮੈਂ ਇਸ ਟਾਈਮ ਕਰ ਰਿਹਾ। ਮਤਲਬ ਇੱਕ VRC ਕਰ ਰਿਹਾ, ਉਹਦੇ 'ਤੇ ਭਾਈ ਇਨਵੈਸਟਮੈਂਟ ਹੈ, ਉਹ ਤਕਰੀਬਨ 80,000 ਰੁਪਏ ਲਗਾ ਕੇ ਤੁਸੀਂ 20 ਤੋਂ 25,000 ਮਹੀਨੇ ਦਾ ਕਮਾ ਸਕਦੇ ਹੋ ਘੱਟ ਤੋਂ ਘੱਟ। ਅਤੇ ਦੂਸਰਾ ਪ੍ਰੋਜੈਕਟ ਹੈ ਫਰੀ ਵਾਲਾ, ਅਤੇ ਜਿਹੜਾ ਭਾਈ ਮਤਲਬ ਨਹੀਂ ਪੈਸੇ ਅਫੋਰਡ ਕਰ ਸਕਦਾ ਉਹ ਮੇਰੇ ਨਾਲ ਰਾਬਤਾ ਕਰਕੇ ਭਾਈ ਬਿਨਾਂ ਫਰੀ ਵਾਲਾ ਮਤਲਬ ਕਰ ਸਕਦਾ ਹੈ, ਜਿਹਦੇ 'ਤੇ ਕੋਈ ਪੈਸਾ ਨਹੀਂ ਲੱਗਣਾ। ਉਹਦੀ ਤੁਸੀਂ ਸਿਰਫ ਟੀਮ ਬਣਾਉਣੀ ਹੈ, ਆਪਣੇ ਜਿਹੜੇ ਤੁਹਾਡੇ ਮੈਂਬਰਸ ਨੇ, ਆਸਾਨ ਤਰੀਕਾ ਹੁੰਦਾ ਉਹਨੂੰ ਐਡ ਕਰ ਸਕਦੇ ਹੋ। ਅਤੇ ਬਾਕੀ ਸਾਡੀ ਅੱਜ ਦਾ ਜਿਹੜਾ ਵੀਡੀਓ ਦਾ ਟੌਪਿਕ ਹੈ ਭਾਈ ਕਿ ਸਰਦੀਆਂ 'ਚ ਕੀ ਦਾਣਾ ਡਾਲਣਾ ਚਾਹੀਦਾ, ਕਿਉਂਕਿ ਇਕੱਲਾ ਕਾਫੀ ਲੋਕਾਂ ਦੇ ਕਬੂਤਰ ਬਿਮਾਰ ਹੋਏ ਨੇ, ਅਤੇ ਸਾਡੇ ਅੱਲਾ ਦਾ ਹੁਕਮ ਨਾਲ, ਅੱਲਾ ਦਾ ਸ਼ੁਕਰ ਹੈ ਬੜਾ, ਦੁਆ ਕੀਤਾ ਕਰੋ ਬਿਲਕੁਲ ਫਿੱਟ ਨਾ। ਅਤੇ ਅਸੀਂ ਕੀ ਦਾਣਾ ਪਾ ਰਹੇ ਹਾਂ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਇਹ ਵੇਖੋ ਭਾਈ, ਇਹ ਹੁਣ ਦਾਣਾ ਅਸਾਂ ਪਾ ਲਿਆ, ਇਸ ਟਾਈਮ ਕਬੂਤਰ ਦਾਣਾ ਖਾ ਕੇ ਨਾ ਢਿੱਲੇ ਢਿੱਲੇ ਹੋ ਜਾਂਦੇ, ਲੇਕਿਨ ਇਨਸ਼ਾਅੱਲਾ ਅੱਲਾ ਦਾ ਹੁਕਮ ਨਾਲ ਵੇਖੋ ਬਿਲਕੁਲ ਠੀਕ ਨੇ। ਹੁਣ ਬਾਜਰਾ ਛੋੜ ਦਿੱਤਾ, ਬਾਕੀ ਵਿੱਚ ਚੀਜ਼ਾਂ ਖਾ ਗਏ, ਕਿਹੜੀ ਕਿਹੜੀ ਚੀਜ਼ ਪਾਣੀ ਹੈ ਕਿਹੜੀ ਕਿਹੜੀ ਨਹੀਂ ਪਾਣੀ, ਮੈਂ ਤੁਹਾਨੂੰ ਆਪਣੇ ਕਬੂਤਰਾਂ ਦਾ ਹਿਸਾਬ ਦੱਸਾਂਗਾ। ਹਰ ਬੰਦੇ ਦਾ ਆਪਣਾ ਹਿਸਾਬ ਹੁੰਦਾ ਭਾਈ ਕਿ ਵਿੱਚ ਕਿਵੇਂ ਚਲਦੀ ਹੈ ਕਿਵੇਂ ਨਹੀਂ ਚਲਦੀ, ਇਹ ਫਿਰ ਆਪਣੇ ਬੰਦਿਆਂ ਦਾ ਹਿਸਾਬ ਹੈ, ਹਰ ਬੰਦੇ ਦਾ ਆਪਣਾ ਹਿਸਾਬ ਹੁੰਦਾ ਭਾਈ। ਲੇਕਿਨ ਇੱਕ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਤੁਹਾਨੂੰ ਆਪਣਾ ਦੱਸਾਂਗੇ ਕਿ ਅਸੀਂ ਕੀ ਪਾ ਰਹੇ ਹਾਂ। ਐਂ ਵੇਖੋ ਮਾਸ਼ਾਅੱਲਾ, ਕੋਈ ਕਬੂਤਰ ਤੁਹਾਨੂੰ ਢਿੱਲਾ ਨਹੀਂ ਲੱਗਣ ਲੱਗਾ, ਮਾਠਾ ਨਹੀਂ ਲੱਗਣ ਲੱਗਾ, ਬੱਚੇ ਮਾਸ਼ਾਅੱਲਾ ਅੱਲਾ ਦੇ ਹੁਕਮ ਨਾਲ ਸਾਰੇ ਫਿੱਟ ਨੇ, ਬਸ ਮਾਸ਼ਾਅੱਲਾ ਜ਼ਰੂਰ ਕਵੇ ਐਂ ਵੇਖ ਸਕਦੇ ਹੋ। ਦਾਣੇ ਦੀ ਪਿਕਚਰ ਤੁਹਾਨੂੰ ਵਿਖਾਉਂਦਾ ਦਾਣਾ ਕੀ ਪਾ ਰਹੇ ਹਾਂ। ਐਂ ਵੇਖੋ ਭਾਈ, ਪਹਿਲੀ ਗੱਲ ਇਹ ਕਿ ਬਾਜਰਾ ਧੋ ਕੇ ਰੱਖਣਾ ਹੈ, ਅੱਜ ਧੋਣਾ ਹੈ ਇੱਕ ਕੱਲ੍ਹ ਪੈਣਾ ਹੈ, ਧੋ ਕੇ ਰਾਤੀ ਖਿਲਾਰ ਕੇ ਰੱਖ ਦੇਣਾ। ਇਸੇ ਤਰੀਕੇ ਫਿਰ ਸਾਡਾ ਬਾਜ ਰਿਹਾ ਭਾਈ, ਕੋਈ ਗੱਲ ਨਹੀਂ, ਖੈਰ ਕਿਹੜਾ ਬਾਜਰੇ 'ਚ ਕੀ ਚੀਜ਼ਾਂ ਪਾ ਰਹੇ ਹਾਂ ਤੁਹਾਨੂੰ ਉਹ ਵੀ ਦੱਸਦੇ ਹਾਂ। ਇਹ ਬੱਚਾ ਬਿਲਕੁਲ ਛੋਟਾ ਰਹਿ ਗਿਆ ਸੀ, ਨਿੱਕੀ ਨਿੱਕੀ ਹੁਣ ਕਾਫੀ ਬਿਹਤਰ ਹੋ ਗਿਆ। ਇਹ ਵੇਖੋ ਮਾਸ਼ਾਅੱਲਾ, ਤੁਹਾਡੇ ਸਾਹਮਣੇ ਸਾਰੀਆਂ ਚੀਜ਼ਾਂ, ਦੋ ਬੱਚੇ ਉਹ ਜੇ, ਦੋ ਬੱਚੇ ਉੱਪਰ ਨੇ, ਦੋ ਬੱਚੇ ਇਹ ਜੇ, ਉੱਪਰ ਵੀ ਬੱਚੇ ਹੋਣੇ ਨੇ। ਇਹਨਾਂ ਦਾ ਬੱਚਾ ਹੁਣ ਨਿਕਲਿਆ, ਸਲੇਟਾ ਬੱਚਾ ਸੇਲ ਕੀਤਾ ਮੈਂ, ਇੱਕ ਇਹ ਬੱਚਾ ਨਿਕਲਿਆ ਜਮੀਆਂ ਨਜ਼ੀਰਾਂ ਦੇ ਜੋੜੇ ਦਾ ਜੇ, ਇਹ ਗੋਲਡਨ ਜੋੜੇ ਦਾ ਜੇ, ਕੱਕਾ ਬੱਚਾ ਵੇਖ ਸਕਦੇ ਹੋ, ਗੋਲਡਨ ਜੋੜਾ ਪਿਓਰ ਲੱਗੇ ਆ, ਬੱਚਾ ਕੱਕਾ ਜੇ, ਜਿਹੜੇ ਬੰਦੇ ਸ਼ੱਕ ਕਰਦੇ ਨੇ ਉਹ ਵੀ ਵੇਖਦੇ ਆ। ਇਹ ਮੀਆਂ ਨਜ਼ੀਰ ਵਾਲਾ ਜੋੜਾ ਜੇ, ਇਹ ਥੱਲੇ ਵਾਲਾ ਮੀਆਂ ਨਜ਼ੀਰ ਵਾਲਾ ਜੋੜਾ ਜੇ, ਇਹਦਾ ਬੱਚਾ ਜਿੱਧਰ ਬਟੇਰੀ ਮਾਦੀ ਦਾ ਜੋੜਾ ਉੱਧਰ ਉਹ, ਇਹ ਬਟੇਰੀ ਮਾਦੀ ਦਾ ਇਹ ਬੱਚਾ ਜੇ, ਇਸ ਲੋ ਗਿਆ ਸੀ ਥੋੜ੍ਹਾ ਜਿਹਾ ਢਿੱਲਾ, ਇਸ ਵਜ੍ਹਾ ਤੋਂ ਇਹ ਨਾ ਫਿਰ ਨਹੀਂ ਮਤਲਬ ਸੇਲ ਨਹੀਂ ਕੀਤਾ। ਇਹ ਹੁਣ ਇਨਸ਼ਾਅੱਲਾ 10 ਵਾਰ ਸਾਫ ਕਰਕੇ ਆਪੇ ਉਡਾਵਾਂਗੇ, ਆਪੇ 10 ਵਾਰ ਕੀ ਆਪੇ ਹੀ ਹੋ ਜਾਏਗਾ, ਹੁਣ ਉਡਾਵਾਂਗੇ ਇਨਸ਼ਾਅੱਲਾ। ਵੇਖ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ, ਉਮੀਦ ਕਰਨਾ ਕਿ ਭਾਈ ਮਜ਼ਾ ਆਵੇਗਾ, ਅਤੇ ਦਾਣਾ ਵੀ ਮੈਂ ਭਾਈ ਜ਼ਰੂਰ ਦੱਸਣਾ ਕਿ ਦਾਣਾ ਕੀ ਪਾਉਂਦੇ ਹਾਂ। ਇਹ ਪਹਿਲਾਂ ਪ੍ਰੂਫ ਦੇ ਲਈ ਕਿ ਕਬੂਤਰ ਠੀਕ ਨੇ ਜਾਂ ਨਹੀਂ ਠੀਕ, ਫਿਰ ਇਨਸ਼ਾਅੱਲਾ। ਮਾਸ਼ਾਅੱਲਾ ਸਾਡਾ ਕਾਲਾ ਪਾਤਸ਼ਾਹ, ਇਹਦਾ ਕਾਲਾ ਕਬੂਤਰ ਉੱਡਦਾ ਰਿਹਾ ਕਾਲਾ ਪਾਤਸ਼ਾਹ, ਅਤੇ ਉਹਦਾ ਸੱਕਾ ਭਰਾ ਜੇ, ਸੱਕਾ ਨਹੀਂ ਸੱਚ ਕਿਉਂਕਿ ਪਿਓ ਇਹਨਾਂ ਦਾ ਚੇਂਜ ਹੈ। ਕਿਚਨ ਜੇ, ਇੱਥੇ ਮੇਰੇ ਜਿਹੜੇ ਮੇਨ ਜੋੜੇ ਨੇ ਭਾਈ ਉਹ
ਪਾਣੀ 'ਚ ਕੋਈ ਚੀਜ਼ ਨਹੀਂ ਪਾ ਰਹੇ, ਦਾਣੇ 'ਚ ਕੋਈ ਚੀਜ਼ ਨਹੀਂ ਪਾ ਰਹੇ, ਨਾ ਕੋਖਾ ਬਾਤ, ਨਾ ਕੋਲ, ਨਾ ਕੋਬਾ, ਸਿੰਪਲ ਚੀਜ਼ਾਂ ਨੂੰ ਪਾਏ। ਦੋ ਤਿੰਨ ਚੀਜ਼ਾਂ ਰੱਖੀਆਂ ਬਸ, ਉਹ ਇਨਸ਼ਾਅੱਲਾ ਮੈਂ ਉਹ ਵੀ ਤਰੀਕਾ ਦੱਸਾਂਗਾ ਤੁਹਾਨੂੰ ਕਿਵੇਂ ਬਣਾਉਣੀਆਂ, ਕੀ ਕਰਨਾ। ਅੱਜ ਕੱਲ੍ਹ ਬੱਚਿਆਂ ਜ਼ਿਆਦਾ ਰੇਸ਼ਾ ਜ਼ੁਕਾਮ ਹੁੰਦਾ, ਉਹ ਵੀ ਚੀਜ਼ ਤੁਹਾਨੂੰ ਦੱਸ ਦਿੰਦਾ ਕਿ ਰੇਸ਼ੇ ਵਾਸਤੇ, ਜ਼ੁਕਾਮ ਵਾਸਤੇ ਕਿਹੜੀ ਚੀਜ਼ ਪਰਫੈਕਟ ਹੈ, ਜਿਹੜੀ ਚੀਜ਼ ਬੈਸਟ ਹੈ ਉਹ ਦੱਸਾਂਗੇ ਭਾਈ, ਜਿਹੜੀ ਅਸੀਂ ਯੂਜ਼ ਕੀਤੀ ਹੈ। ਚੀਜ਼ਾਂ ਕਾਫੀਆਂ ਹੁੰਦੀਆਂ, ਮਹਿੰਗੀਆਂ ਵਿੱਚ ਹੁੰਦੀਆਂ ਨੇ, ਅਸੀਂ ਫਿਰ ਚੀਜ਼ ਉਹ ਸ਼ੇਅਰ ਕਰਦੇ ਹਾਂ ਜਿਹੜੀਆਂ ਪਾਈਆਂ ਨੇ ਅੱਛੀਆਂ ਲੱਗਣ। ਬਾਕੀ ਜਿਹੜਾ ਵੀ ਭਾਈ ਸਾਡੇ ਨਾਲ ਆਨਲਾਈਨ ਵਰਕ ਕਰਨਾ ਚਾਹਵੇ ਭਾਈ, ਇਨਸ਼ਾਅੱਲਾ ਦੁਕਮ ਨਾਲ ਟੈਨਸ਼ਨ ਵੇਖੋ, ਸਾਰੀ ਮੇਰੀ ਹੈ, ਇਨਵੈਸਟਮੈਂਟ ਤੁਸੀਂ ਸਿਰਫ ਲਾਣੀ ਹੈ, ਕਿਉਂਕਿ ਐਡਾ ਸੌਖਾ ਨਹੀਂ ਹੁੰਦਾ ਭਾਈ। ਅਗਰ ਮੈਂ ਵੀ ਆਰ ਸੀ 'ਤੇ ਪ੍ਰੋਜੈਕਟ 'ਤੇ ਕੰਮ ਕਰ ਰਿਹਾ, ਵੀ ਆਰ ਸੀ ਅੱਗੋਂ ਲੈ ਕੇ ਅੱਗੋਂ ਫਿਰ ਖਰੀਦਣਾ ਵੀ ਹੁੰਦਾ, ਬੰਦਿਆਂ ਕੋਲ ਐਕਸਚੇਂਜਾਂ ਤੋਂ ਖਰੀਦਣਾ ਹੁੰਦਾ, ਉਹ ਸਾਰੀ ਟੈਨਸ਼ਨ ਹੈ ਭਾਈ। ਇਹ ਵੇਖੋ ਬਿਲਕੁਲ ਸਾਫ਼ ਧੋਤੇ ਹੈ, ਚਨੀ ਵੀ ਧੋ ਕੇ ਭਾਈ, ਮਤਲਬ ਨਾਰਮਲ ਚੀਜ਼ ਨਹੀਂ ਸੀ, ਵਿੱਚ ਥੋੜ੍ਹੀ ਜਿਹੀ ਫੀਡ ਪਾਈ ਦੀ ਹੈ, ਇਹ ਵੇਖ ਸਕਦੇ ਹੋ, ਥੋੜ੍ਹੀ ਜਿਹੀ ਜ਼ਿਆਦਾ ਨਹੀਂ, ਅਤੇ ਵਿੱਚ ਚਨੀ ਪਾਈ ਦੀ ਜੀ, ਵੇਖੋ ਧੋ ਕੇ ਰੱਖੀ ਜੀ ਸਭ। ਬਿਲਕੁਲ ਸਾਫ਼ ਹੁਣ ਜਿਹੜਾ ਸੁਬਹਾ ਬਾਜਰਾ ਪਾਉਣਾ ਉਹ ਧੋ ਕੇ, ਕਿਉਂਕਿ ਸੁੱਕਦਾ ਘੱਟ ਹੈ ਬਾਜਰਾ, ਇਸ ਵਜ੍ਹਾ ਤੋਂ ਫਿਰ ਜ਼ਿਆਦਾ ਧੋ ਲਈਦਾ ਹੈ। ਇਹ ਹੁਣ ਬਾਜਰਾ ਜੇ ਸਾਰਾ ਉਸ ਵਿੱਚ ਮੋਠ ਪਈ ਹੈ ਭਾਈ, ਅਤੇ ਵੈਸੇ ਤਾਂ ਸਫੈਦ ਜਵਾਰ ਸੀ ਅਤੇ ਨਾਲ ਹੋਰ ਸੀ, ਲੇਕਿਨ ਉਹ ਸਾਡੇ ਕਬੂਤਰਾਂ ਨਹੀਂ ਸੁਕਾਈ, ਸਬਜ਼ ਪਤਾ ਨਹੀਂ ਉਹ ਕਹਿੰਦੇ ਨੇ ਕਿ ਉਹ ਵੀ ਪਾਇਆ ਸੀ, ਨਹੀਂ ਲੇਕਿਨ ਸਾਡਾ ਨਿਜ਼ਾਮ ਨਹੀਂ ਚੱਲਿਆ। ਸਬਜ਼ ਦਾਲ ਜਿਹੜੀ ਹੁੰਦੀ ਹੈ ਮੂੰਗ ਦੀ, ਪਤਾ ਨਹੀਂ ਕਿਹੜੀ ਕਹਿੰਦੇ ਨੇ, ਸਾਡੇ ਕਬੂਤਰ ਪੋਟ ਰੋਕਣ ਲੱਗ ਗਏ ਸੀ ਭਾਈ ਸਾਰੇ, ਅਸਾਂ ਰੋਕ ਦਿੱਤੀ ਹੈ। ਇਹ ਵੇਖ ਸਕਦੇ ਹੋ ਹੁਣ ਕਬੂਤਰ ਮਾਸ਼ਾਅੱਲਾ ਫਿੱਟ ਨੇ, ਤੁਹਾਡੇ ਸਾਹਮਣੇ ਚਾਰ ਚੀਜ਼ਾਂ ਪਾ ਰਹੇ ਹਾਂ। ਬਾਕੀ ਇਨਸ਼ਾਅੱਲਾ ਦਵਾਈਆਂ ਦਾ ਵੀ ਸ਼ੇਅਰ ਕਰਾਂਗੇ ਤੁਹਾਡੇ ਨਾਲ, ਰੇਸ਼ੇ ਜ਼ੁਕਾਮ ਵਾਸਤੇ ਕੀ ਪਾ ਰਹੇ ਹਾਂ, ਜ਼ੁਕਾਮ ਵਾਸਤੇ ਇੱਕ ਸਿੰਪਲ ਜਿਹੀ ਚੀਜ਼ ਹੈ ਟਾਈਲੋਫੀਡ, ਜਿਹੜੇ ਭਾਈ ਨੂੰ ਕੋਈ ਚਾਹੀਦੀ ਹੋਵੇ ਸਾਨੂੰ ਰਾਬਤਾ ਕਰ ਸਕਦਾ ਹੈ, ਤਸਵੀਰਾਂ ਮੈਂ ਭੇਜ ਦਿਆਂਗਾ, ਅਸੀਂ ਤਾਂ ਇਹ ਯੂਜ਼ ਕਰ ਰਹੇ ਜੇ, ਅਤੇ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਵੇਖੋ ਬੱਚੇ ਵੀ ਨਾਲ ਨਾਲ ਸੇਲ ਕਰੀਦੇ ਨੇ, ਕਾਫੀ ਜ਼ਿਆਦਾ ਕੋਈ ਮਸਲੇ ਨਹੀਂ, ਠਾਪੇ ਮਾਰ ਰਹੇ ਤੁਹਾਡੇ ਸਾਹਮਣੇ, ਹਾਲਾਂਕਿ ਸਾਰਾ ਦਿਨ ਮੌਸਮ ਵੀ ਖਰਾਬ ਸੀ। ਸਾਰੇ ਕਬੂਤਰ ਤੁਹਾਨੂੰ ਫਿੱਟ ਮਿਲਣਗੇ ਅੱਲਾ ਦੇ ਹੁਕਮ ਨਾਲ। ਪਿੱਛੇ ਕੁਝ ਪੱਠੀਆਂ ਪੱਠੇ ਰੋਕੇ ਨੇ ਭਾਈ, ਅਤੇ ਉਹ ਨਹੀਂ ਰੋਕੇ ਕਿ ਜਿਹੜੇ ਭਾਈਆਂ ਨੇ ਦਿੱਤੇ, ਸਾਰੇ ਉਹ ਰੋਕੇ ਜਿਹਨਾਂ ਦਾ ਇੱਕ ਇੱਕ ਭਰਾ ਰੋਕਿਆ ਮੈਂ, ਇਹ ਇੱਕ ਹੀ ਨਿਕਲਿਆ ਸੀ, ਇਹ ਬੰਦੇ ਨੇ ਦਿੱਤਾ, ਬੰਦੇ ਕਿਹਾ ਜੀ ਮੈਂ ਨਹੀਂ ਲੈਣਾ, ਮੈਂ ਕਿਹਾ ਕੋਈ ਮਸਲਾ ਨਹੀਂ ਅਸੀਂ ਘਰ ਰੱਖ ਲਾਂਗੇ। ਇਹ ਵੇਖ ਸਕਦੇ ਹੋ ਇਹਨਾਂ ਦੀ ਵੀ ਇਨਸ਼ਾਅੱਲਾ ਮੁਕੰਮਲ ਵੀਡੀਓ ਤੁਹਾਨੂੰ ਬਣਾ ਕੇ ਵਿਖਾਵਾਂਗੇ, ਕਿਹੜੇ ਕਿਹੜੇ ਜੋੜੇ ਦਾ, ਅਤੇ ਇਹਨਾਂ ਦੇ ਮਾਂ ਪਿਓ ਦੀ, ਇਹਨਾਂ ਦੇ ਸਭ ਦੀ, ਲੇਕਿਨ ਇਹਨਾਂ ਦੇ ਸਭ ਦਾ ਐਸਾ ਕੋਈ ਜੋੜਾ ਨਹੀਂ ਜਿਹਦਾ ਅਸਾਂ ਬੱਚਾ ਨਾ ਦਿੱਤਾ ਹੋਵੇ। ਮੀਆਂ ਨਜ਼ੀਰ ਵਾਲੇ 6 ਬੱਚੇ ਦੇ ਵਿੱਚ ਗੋਲਡਨ, 1,00,000 ਹੈ, ਇਹਦਾ ਵੀ ਭਰਾ ਦਿੱਤੇ ਹੈ, ਮੰਡੀ ਬਾਲਦੀਨ ਗਿਆ ਸੀ, ਇਹ 14 ਨੰਬਰ ਹੈ, ਇੱਕ ਬੱਚਾ ਸੀ ਇਹਦਾ ਨਹੀਂ ਗਿਆ, ਉਹ ਪਿੱਛੇ ਗਿਫਟ ਆਇਆ ਬੱਚਾ ਉਹਨੂੰ ਉੱਪਰ ਚਾੜਨਾ, ਇਨਸ਼ਾਅੱਲਾ ਲਹਿਦਾ ਲਹਿਦਾ ਕੱਲ੍ਹ ਕੰਨ ਤੁਹਾਨੂੰ ਕੱਢ ਕੇ ਨਾ ਅਤੇ ਸ਼ੋਅ ਕਰਾਵਾਂਗਾ। ਇਹ ਸਾਡਾ ਬੱਚਾ ਛੋਟੇ ਹੁੰਦੇ ਦਿਨ ਥੋੜ੍ਹਾ ਢਿੱਲਾ ਹੋਇਆ, ਰਿਸ਼ਾ ਇਹਦਾ ਨਹੀਂ ਵੱਲ ਹੋਇਆ, ਕਿਉਂਕਿ ਮਾਤਾ ਨੇ ਬਚ ਲਿਆ, ਵੇਖੋ ਖਾਣਾ ਖਾਣਾ ਖਾ ਰਿਹਾ। ਮਾਸ਼ਾ
ਇਹ ਵੀ ਬੱਚਾ ਮੀਆਂ ਨਜ਼ੀਰ ਵਾਲਾ ਜਜ਼ੀਰਾ ਦਾ ਇਹ ਲੱਖਾ ਜੋੜਾ ਹੈ ਭਾਈ ਠੀਕ ਹੈ ਜੀ ਬਾਕੀ ਮਾਨ ਖਾਨ ਪੀਜ਼ਾ ਜ਼ਰੂਰ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਅੱਲਾ ਹਾਫਿਜ਼।